ਉਹਦਾ ਸਫ਼ਰ ਸੀਗਾ ਜਿਵੇਂ ਉਹਨੇ ਪਹਿਲਾਂ ਡਿਸਟ੍ਰਿਕਟ ਖੇਡੀ ਤੇ ਫਿਰ ਸਟੇਟ ਖੇਡੀ, ਸਟੇਟ ਤੋਂ ਬਾਅਦ ਉਹਨੇ ਨੈਸ਼ਨਲ ਦੇ ਵਿੱਚੋਂ ਮੈਡਲ ਹਾਸਲ ਕੀਤਾ। ਮੈਡਲ ਜਦੋਂ ਨੈਸ਼ਨਲ ਦੇ ਵਿੱਚੋਂ ਆਇਆ ਤਾਂ ਉਹਦੀ ਸਿਲੈਕਸ਼ਨ ਇੰਡੀਆ ਕੈਂਪ ਵਾਸਤੇ ਹੋਈ। ਫਿਰ ਉਹ ਇੰਡੀਆ ਕੈਂਪ ਦੇ ਵਿੱਚ 15 ਦਿਨ ਲਈ ਉੱਥੇ ਗਈ ਅਤੇ ਉੱਥੇ ਟ੍ਰੇਨਿੰਗ ਲਈ। ਟ੍ਰੇਨਿੰਗ ਲੈਣ ਤੋਂ ਬਾਅਦ ਫਿਰ ਉਸ ਨੂੰ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਦੇ ਵਿੱਚ ਜੋਰਡਨ ਖੇਡਣ ਦਾ ਮੌਕਾ ਮਿਲਿਆ, ਜਿੱਥੇ ਉਹ ਅੱਜ ਉਹਨੇ ਸੋਨੇ ਦਾ ਤਗਮਾ ਜਿੱਤਿਆ ਅਤੇ ਕਈ ਉਹਦੀਆਂ 3 ਫਾਈਟਾਂ ਹੋਈਆਂ ਅਤੇ ਤੀਸਰੀ ਜਿਹੜੀ ਫਾਈਟ ਦੇ ਵਿੱਚ ਸੀਗੀ ਉਹਨੇ ਬੜੀ ਹਾਰਡ ਫਾਈਟ ਸੀ, ਲੇਕਿਨ ਜਿਹੜੇ ਉਹਨੇ ਬੜੀ ਆਸਾਨ ਬਣਾ ਲਈ ਉਹ, ਅਤੇ ਲੋਕਾਂ ਦੀਆਂ ਦੁਆਵਾਂ ਬਹੁਤ ਸੀਗੀਆਂ ਉਹਦੇ ਨਾਲ। ਅਤੇ ਮੈਨੂੰ ਮੇਰੀ ਬੇਟੀ 'ਤੇ ਬੜਾ ਮਾਣ ਹੈ, ਮੈਂ ਬੜਾ ਫਖਰ ਮਹਿਸੂਸ ਕਰਦਾ ਕਿ ਮੈਂ ਇੱਕ ਬੇਟੀ ਦਾ ਪਿਤਾ ਹਾਂ। ਲੜਕਿਆਂ ਨਾਲੋਂ ਅੱਜ ਲੜਕੀਆਂ ਨੇ ਜਿਹੜੀਆਂ ਉਹ ਬਹੁਤ ਉੱਪਰ ਸਿਖਰਾਂ 'ਤੇ ਪਹੁੰਚ ਚੁੱਕੀਆਂ ਨੇ, ਲੜਕੇ ਲੜਕੀਆਂ ਦਾ ਮੁਕਾਬਲਾ ਨਹੀਂ ਕਰ ਸਕਦੇ। ਇਸ ਕਰਕੇ ਜਿਹੜੀ ਲੜਕੀਆਂ ਨੇ ਲੋਕਾਂ ਨੂੰ ਆਪਣੀਆਂ ਲੜਕੇ ਨੂੰ ਹੌਸਲੇ ਦੇਣੇ ਚਾਹੀਦੇ ਨੇ ਅਤੇ ਖੇਡਾਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਨੂੰ ਪ੍ਰਫੁੱਲਤ ਕਰਨਾ ਚਾਹੀਦਾ ਹੈ। ਪ੍ਰੈਕਟਿਸ ਇੱਥੇ ਲੋਕਲ ਹੀ ਹੈ, AS ਗਰਾਊਂਡ ਦੇ ਵਿੱਚ ਕਰਦੀ ਸੀ ਉਹ, ਅਤੇ ਇੱਥੋਂ ਹੀ ਉਹਨੇ ਸ਼ੁਰੂਆਤ ਕੀਤੀ। ਪਹਿਲਾਂ ਕਰਾਟਿਆਂ ਦੀ ਗੇਮ ਵੀ ਕਰਦੀ ਸੀ, ਕਰਾਟਿਆਂ ਦੀ ਗੇਮ ਦੇ ਵਿੱਚੋਂ ਵੀ ਨੈਸ਼ਨਲ ਮੈਡਲਿਸਟ ਸੀ ਉਹ, ਲੇਕਿਨ ਉਸ ਤੋਂ ਬਾਅਦ ਉਹਦੀ ਮੈਂ ਗੇਮ ਚੇਂਜ ਕਰਵਾਤੀ ਸੀ ਅਤੇ ਉਸਨੇ ਥੋੜ੍ਹੇ ਸਮੇਂ ਦੇ ਵਿੱਚ ਹੀ, 2 ਸਾਲ ਦੇ ਸਮੇਂ ਦੇ ਵਿੱਚ ਹੀ ਇਸ ਉਪਲਬਧੀ ਲਈ ਹਾਸਲ ਕੀਤਾ। ਮੈਨੂੰ ਬੜਾ ਫਖਰ ਹੈ ਅਤੇ ਮੈਂ ਆਪਣੀ ਬੇਟੀ 'ਤੇ ਬੜਾ ਮਾਣ ਕਰਦਾ। ਫਿਲਹਾਲ ਨਹੀਂ, ਹੁਣ ਤੱਕ ਤਾਂ ਸਾਨੂੰ ਕੋਈ ਸਪੋਰਟ ਨਹੀਂ ਆਈ, ਪਰ ਲੋਕਲ ਜਿਹੜੇ ਵਿਧਾਇਕ ਨੇ ਤਰਨਪ੍ਰੀਤ ਸਿੰਘ ਸੌਂਦ, ਉਹਨਾਂ ਨੇ ਵੀ ਮੈਨੂੰ ਵਧਾਈ ਦਿੱਤੀ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ ਜਦੋਂ ਬੇਟੀ ਆਉਂਦੀ ਹੈ ਤਾਂ ਅਸੀਂ ਇਸ ਵਾਸਤੇ ਬਹੁਤ ਕੁਝ ਚੰਗਾ ਸੋਚਾਂਗੇ। ਖੁਸ਼ੀ ਹੋ ਰਹੀ ਹੈ ਜੀ, ਖੰਨਾ ਹਲਕੇ 'ਚੋਂ, ਪੰਜਾਬ 'ਚੋਂ ਇੰਡੀਆ ਦਾ ਨਾਮ ਰੋਸ਼ਨ ਕੀਤਾ ਜੀ ਉਹਨੇ। ਬਹੁਤ ਜ਼ਿਆਦਾ ਜੀ, ਬਹੁਤ ਵਧਾਈਆਂ। ਫੋਨ ਮੈਸੇਜ ਨਹੀਂ ਜੀ, ਬੇਟਾ ਔਰ ਬੇਟੀ 'ਚ ਫਰਕ ਨਹੀਂ ਹੋਣਾ ਚਾਹੀਦਾ। ਬੇਟੀਆਂ ਅੱਗੇ ਜਾਂਦੀਆਂ, ਬੇਟੀਆਂ ਨਾਲੋਂ ਵੱਧ ਕੇ ਵੱਧ ਚੜ੍ਹ ਕੇ ਹਿੱਸਾ ਲੈਂਦੀਆਂ ਹਰ ਪੱਖ 'ਚ। ਬਹੁਤ ਅੱਛਾ, ਉਹ ਲੋਕਡਾਊਨ 'ਚ ਵੀ ਨਹੀਂ ਉਹ ਬੈਠੀ, ਉਹਨੇ ਬਹੁਤ ਵਧੀਆ ਪ੍ਰੈਕਟਿਸ ਕੀਤੀ ਹੈ। ਮੈਨੂੰ ਤਾਂ ਬਹੁਤ ਖੁਸ਼ੀ ਆ ਤੇ ਬਹੁਤ ਮੈਨੂੰ ਉਹਦੇ ਤੇ ਫਖਰ ਆ, ਇਦੋਂ ਵੀ ਬੁਲੰਦੀਆਂ ਤੇ ਪਹੁੰਚੇ। ਮੈਂ ਤਾਂ ਬੇਟੇ ਸਭ ਨੂੰ, ਕੁੜੀਆਂ ਮੁੰਡਿਆਂ ਨੂੰ, ਨੌ ਵੱਧ ਕੇ ਕੁੜੀਆਂ ਨੂੰ ਸਮਝਦੀ ਹਾਂ। ਤਾਂ ਹੀ ਤਾਂ ਗਰੀਬਾਂ ਨੇ ਕੁੜੀਆਂ ਦੇ ਵਿਆਹ ਕੀਤੇ ਨੇ, ਕਰਦੇ ਰਹੇ ਆਪਾਂ। ਮੈਨੂੰ ਤਾਂ ਕੁੜੀਆਂ ਤੇ ਬਹੁਤ ਜ਼ਿਆਦਾ ਫਖਰ, ਬਹੁਤ ਜ਼ਿਆਦਾ। ਮੈਂ ਸਵੇਰ ਜਦੀ ਆਈ ਆ, ਜਦੇ ਫੋਨ ਨਹੀਂ ਖੜਿਆ, ਜਦੇ ਵਧਾਈਆਂ ਹੀ ਵਧਾਈਆਂ ਹੁੰਦੀਆਂ। ਬਹੁਤ ਵਧੀਆ ਮਾਹੌਲ ਹੋਊਗਾ, ਧੂਮ ਧਾਮ ਨਾਲ। ਮੈਂ ਧੂਮ ਧਾਮ ਨਾਲ ਮਨਾਉ, ਉਹ ਤਾਂ ਮੇਰਾ ਮੁੰਡਾ ਹੈ। ਮੈਨੂੰ ਕੁੜੀ ਚਾਰ ਮੁੰਡੇ 'ਚ ਕੋਈ ਫਰਕ ਨਹੀਂ ਲੱਗਦਾ। ਇਹਦੇ ਮੂੰਹੇ ਪਹੁੰਚਣ, ਆਪਣੇ ਬੱਚਿਆਂ ਨੂੰ ਇਹੀ ਮਤ ਦੇਣ ਵੀ ਇੱਦਾਂ ਦੀਆਂ ਖੇਡਾਂ ਖੇਡੋ। ਬਹੁਤ ਵਧੀਆ, ਬਹੁਤ ਅੱਛਾ ਮਹਿਸੂਸ ਹੋ ਰਿਹਾ ਜੀ, ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਜਦੋਂ ਸ਼ਾਮ ਦਾ ਸੁਣਿਆ ਵੀ ਸਾਡੀ ਬੇਟੀ ਸ਼ਾਹੀਨ ਖਾਨ ਨੇ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਗੋਲਡ ਮੈਡਲ ਲਿਆ। ਬਹੁਤ ਫਖਰ ਮਹਿਸੂਸ ਕਰ ਰਿਹਾ, ਵੀ ਪ੍ਰਾਊਡ ਆਫ ਹਰ। ਨਹੀਂ ਸਰ, ਦੇਰ ਇਜ਼ ਨੋ ਡਿਫਰੈਂਸ ਬਿਟਵੀਨ ਏ ਸਨ ਐਂਡ ਡਾਟਰ, ਕੋਈ ਫਰਕ ਨਹੀਂ ਹੈ। ਬੇਟੀਆਂ ਵੀ ਐਜ਼ ਇਕੁਅਲ ਐਜ਼ ਜਿਵੇਂ ਬੇਟੇ ਹੈ ਉਹਨਾਂ ਦੇ ਇਕੁਅਲ ਹੈ, ਕੋਈ ਫਰਕ ਨਹੀਂ ਹੈ। ਪੰਜਾਬ ਆਪਣੀ ਫਿਰ ਵੀ ਇੱਕ ਐਜੂਕੇਟਡ ਸਟੇਟ ਹੈ, ਅਗਾਂਹ ਵਧੂ ਸਟੇਟ ਹੈ। ਇੱਥੇ ਇਹ ਚੀਜ਼ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਐਜ਼ ਕੰਪੇਅਰ ਟੂ ਅਦਰ ਸਟੇਟਸ। ਆਪਣਾ ਪੰਜਾਬ ਇਸ ਚੀਜ਼ ਦੇ ਵਿੱਚ ਬਹੁਤ ਅੱਗੇ ਹੈ, ਇੱਥੇ ਕੋਈ ਡਿਫਰੈਂਸ ਨਹੀਂ ਹੈ। ਗੁਰੂਆਂ ਪੀਰਾਂ ਦੀ ਧਰਤੀ ਹੈ, ਇਸ ਏਰੀਏ 'ਚ ਨਹੀਂ ਇੰਨਾ ਮੈਂ ਨਹੀਂ ਮਹਿਸੂਸ ਕੀਤਾ। ਹਰੇਕ ਫੀਲਡ ਦੇ ਵਿੱਚ, ਚਾਹੇ ਇੰਜੀਨੀਅਰਿੰਗ ਦਾ ਫੀਲਡ ਹੈ, ਚਾਹੇ ਆਰਮੀ ਦਾ, ਚਾਹੇ ਕੋਈ ਹੋਰ ਜਿੱਦਾਂ ਸਪੋਰਟਸ ਹੋ ਗਿਆ, ਜਾਂ ਕੋਈ ਹੋਰ ਜਿਹੜੇ ਅਦਰ ਜਿਹੜੇ ਪ੍ਰੋਮੀਨੈਂਟ ਜਿਹੜੇ ਫੀਲਡਸ ਹੈਗੇ, ਸਭ ਫੀਲਡਸ ਦੇ ਵਿੱਚ ਲੜਕੀਆਂ ਅੱਗੇ ਜਾ ਰਹੀਆਂ, ਉਹਨਾਂ ਨੂੰ ਪੂਰਾ ਮੌਕਾ ਮਿਲ ਰਿਹਾ, ਅੱਗੇ ਜਾ ਰਹੀਆਂ। ਹੁਣ ਟਾਈਮ ਚੇਂਜ ਹੋ ਗਿਆ, ਉਹ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ।